ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਮਾਈ ਭਾਗੋ ਪੁਲਿਸ ਚੌਂਕੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਸਕੋਟ ਹਸਪਤਾਲ ਦੇ ਕੋਲ ਨਾਕਾਬੰਦੀ ਦੇ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸ ਕੋਲ ਜਿਹੜੀ ਗੱਡੀ ਹੈ ਉਹ ਚੋਰੀ ਦੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਮਿਲਾਪ ਐਵਨਿਊ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ ਅਤੇ ਉਹ ਮੋਟਰਸਾਈਕਲ ਚੋਰੀ ਹੁੰਦੇ ਲਈ CCTV ਫੁਟੇਜ ਵੀ ਸੀ ਜਿਸ ਦੇ ਆਧਾਰ 'ਤੇ ਪੁਲਿਸ ਨੇ ਇਸ ਚੋਰ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਨੂੰ ਕਾਬੂ ਕਰਕੇ ਇਸ ਕੋਲੋਂ 8 ਮੋਟਰਸਾਈਕਲ ਅਤੇ 2 ਐਕਟਿਵਾ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੀਆਂ ਗਈਆਂ ਨੇ। ਇਸ ਉੱਤੇ ਥਾਣਾ ਗੇਟ ਹਕੀਮਾਂ ਵਿੱਚ ਵੀ ਪਹਿਲਾਂ 2 ਕੇਸ ਦਰਜ ਨੇ। ਪੁਲਿਸ ਨੇ ਇਸ ਦੀ ਸ਼ਨਾਖਤ ਤੇਜਿੰਦਰ ਸਿੰਘ ਉਰਫ ਰਾਜੂ ਪਿੰਡ ਬੋਪਾਰਾਏ ਬਾਜ ਸਿੰਘ ਥਾਣਾ ਲੋਪੋ ਕੇ ਅੰਮ੍ਰਿਤਸਰ ਦੇ ਰੂਪ ਵਜੋਂ ਦੱਸੀ ਹੈ। ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ। ਇਹ ਜੀ ਸਾਡੇ 27/12/20 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀ ਮਲਾਪ ਐਵਨਿਊ 'ਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਚੋਰੀ ਹੋਇਆ ਸੀ। ਉਹਦੇ ਵਿੱਚ ਅਸੀਂ CCTV ਫੁਟੇਜ ਕਲੈਕਟ ਕੀਤੀ ਸੀ ਅਤੇ ਮਾਣਯੋਗ ਸ਼੍ਰੀ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ADCP CT2 ਸ਼੍ਰੀ ਮਲਿਕ ਸਾਹਿਬ ਅਤੇ ACP ਸਾਹਿਬ ਨੌਰਥ ਸਰਦਾਰ ਸਰਬੀਰ ਸਿੰਘ ਜੀ ਬਾਜਵਾ ਜੀ ਦੇ ਹਦਾਇਤਾਂ ਮੁਤਾਬਕ ਇੱਕ ਪੁਲਿਸ ਟੀਮ ਦਾ ਗਠਨ ਕਰਕੇ SI ਕੁਲਵੰਤ ਸਿੰਘ SI ਸੁਦੇਸ਼ ਕੁਮਾਰ ਦੇ ਨਾਲ ਅਸੀਂ ਇਹਨੂੰ ਜਿਹੜਾ ਤੇਜਿੰਦਰ ਸਿੰਘ ਕਾਕੂ ਆ ਇਹ ਬੋਪੋਰਾਏ ਬਾਜ ਸਿੰਘ ਦਾ ਰਹਿਣ ਵਾਲਾ ਅੱਗੇ ਵੀ ਇੱਥੇ 2 ਮੁਕੱਦਮੇ ਨੇ ਥਾਣੇ ਗੇਟ ਕੀ ਮਾਰੇ ਇਹਨੂੰ ਅਸੀਂ CCTV ਫੁਟੇਜ ਦੇ ਆਧਾਰ 'ਤੇ ਅਰੈਸਟ ਕੀਤਾ ਅਤੇ ਇਹਦੇ ਕਬਜ਼ੋਂ ਜਿਹੜਾ ਚੋਰੀ ਹੋਇਆ ਮੋਟਰਸਾਈਕਲ ਸੀ 27/12 ਨੂੰ ਉਹ ਬਰਾਮਦ ਕੀਤਾ ਅਤੇ ਇਹਦੀ ਨਿਸ਼ਾਨਦੇਹੀ 'ਤੇ ਅਸੀਂ ਸ਼ਹਿਰ 'ਚ ਜਿਹੜੀਆਂ ਨੇ ਵੱਖ ਵੱਖ ਥਾਵਾਂ ਤੋਂ ਜਿੱਦਾਂ ਅਲਫਾ ਮਾਲ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੋਂ ਤਰਨ ਤਾਰਨ ਰੋਡ ਤੋਂ ਵੱਖ ਵੱਖ ਇਲਾਕਿਆਂ 'ਚੋਂ ਚੋਰੀ ਕੀਤੇ ਹੋਏ ਮੋਟਰਸਾਈਕਲ 8 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀਆਂ। ਇਹ ਪੁਲਿਸ ਰਿਮਾਂਡ 'ਤੇ ਹੋ ਗਿਆ। ਇਹਦੀ ਬਰੀਕੀ ਨਾਲ ਪੁੱਛਗਿੱਛ ਜਾਰੀ। ਆਵਾਜ਼ ਕੌਮ TV ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਮਾਈ ਭਾਗੋ ਪੁਲਿਸ ਚੌਂਕੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਸਕੋਟ ਹਸਪਤਾਲ ਦੇ ਕੋਲ ਨਾਕਾਬੰਦੀ ਦੇ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸ ਕੋਲ ਜਿਹੜੀ ਗੱਡੀ ਹੈ ਉਹ ਚੋਰੀ ਦੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਮਿਲਾਪ ਐਵਨਿਊ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ ਅਤੇ ਉਹ ਮੋਟਰਸਾਈਕਲ ਚੋਰੀ ਹੁੰਦੇ ਲਈ CCTV ਫੁਟੇਜ ਵੀ ਸੀ ਜਿਸ ਦੇ ਆਧਾਰ 'ਤੇ ਪੁਲਿਸ ਨੇ ਇਸ ਚੋਰ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਨੂੰ ਕਾਬੂ ਕਰਕੇ ਇਸ ਕੋਲੋਂ 8 ਮੋਟਰਸਾਈਕਲ ਅਤੇ 2 ਐਕਟਿਵਾ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੀਆਂ ਗਈਆਂ ਨੇ। ਇਸ ਉੱਤੇ ਥਾਣਾ ਗੇਟ ਹਕੀਮਾਂ ਵਿੱਚ ਵੀ ਪਹਿਲਾਂ 2 ਕੇਸ ਦਰਜ ਨੇ। ਪੁਲਿਸ ਨੇ ਇਸ ਦੀ ਸ਼ਨਾਖਤ ਤੇਜਿੰਦਰ ਸਿੰਘ ਉਰਫ ਰਾਜੂ ਪਿੰਡ ਬੋਪਾਰਾਏ ਬਾਜ ਸਿੰਘ ਥਾਣਾ ਲੋਪੋ ਕੇ ਅੰਮ੍ਰਿਤਸਰ ਦੇ ਰੂਪ ਵਜੋਂ ਦੱਸੀ ਹੈ। ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ। ਇਹ ਜੀ ਸਾਡੇ 27/12/20 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀ ਮਲਾਪ ਐਵਨਿਊ 'ਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਚੋਰੀ ਹੋਇਆ ਸੀ। ਉਹਦੇ ਵਿੱਚ ਅਸੀਂ CCTV ਫੁਟੇਜ ਕਲੈਕਟ ਕੀਤੀ ਸੀ ਅਤੇ ਮਾਣਯੋਗ ਸ਼੍ਰੀ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ADCP CT2 ਸ਼੍ਰੀ ਮਲਿਕ ਸਾਹਿਬ ਅਤੇ ACP ਸਾਹਿਬ ਨੌਰਥ ਸਰਦਾਰ ਸਰਬੀਰ ਸਿੰਘ ਜੀ ਬਾਜਵਾ ਜੀ ਦੇ ਹਦਾਇਤਾਂ ਮੁਤਾਬਕ ਇੱਕ ਪੁਲਿਸ ਟੀਮ ਦਾ ਗਠਨ ਕਰਕੇ SI ਕੁਲਵੰਤ ਸਿੰਘ SI ਸੁਦੇਸ਼ ਕੁਮਾਰ ਦੇ ਨਾਲ ਅਸੀਂ ਇਹਨੂੰ ਜਿਹੜਾ ਤੇਜਿੰਦਰ ਸਿੰਘ ਕਾਕੂ ਆ ਇਹ ਬੋਪੋਰਾਏ ਬਾਜ ਸਿੰਘ ਦਾ ਰਹਿਣ ਵਾਲਾ ਅੱਗੇ ਵੀ ਇੱਥੇ 2 ਮੁਕੱਦਮੇ ਨੇ ਥਾਣੇ ਗੇਟ ਕੀ ਮਾਰੇ ਇਹਨੂੰ ਅਸੀਂ CCTV ਫੁਟੇਜ ਦੇ ਆਧਾਰ 'ਤੇ ਅਰੈਸਟ ਕੀਤਾ ਅਤੇ ਇਹਦੇ ਕਬਜ਼ੋਂ ਜਿਹੜਾ ਚੋਰੀ ਹੋਇਆ ਮੋਟਰਸਾਈਕਲ ਸੀ 27/12 ਨੂੰ ਉਹ ਬਰਾਮਦ ਕੀਤਾ ਅਤੇ ਇਹਦੀ ਨਿਸ਼ਾਨਦੇਹੀ 'ਤੇ ਅਸੀਂ ਸ਼ਹਿਰ 'ਚ ਜਿਹੜੀਆਂ ਨੇ ਵੱਖ ਵੱਖ ਥਾਵਾਂ ਤੋਂ ਜਿੱਦਾਂ ਅਲਫਾ ਮਾਲ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੋਂ ਤਰਨ ਤਾਰਨ ਰੋਡ ਤੋਂ ਵੱਖ ਵੱਖ ਇਲਾਕਿਆਂ 'ਚੋਂ ਚੋਰੀ ਕੀਤੇ ਹੋਏ ਮੋਟਰਸਾਈਕਲ 8 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀਆਂ। ਇਹ ਪੁਲਿਸ ਰਿਮਾਂਡ 'ਤੇ ਹੋ ਗਿਆ। ਇਹਦੀ ਬਰੀਕੀ ਨਾਲ ਪੁੱਛਗਿੱਛ ਜਾਰੀ। ਆਵਾਜ਼ ਕੌਮ TV ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।